ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ। ਅੱਜ ਦਾ ਜੋ ਸਾਡਾ ਟੌਪਿਕ ਹੈ ਉਹ ਹੈ ਡੈਸੀਮਲਸ। ਸਿੰਪਲ ਐਡੀਸ਼ਨ ਸਬਟ੍ਰੈਕਸ਼ਨ ਜਦ ਚੱਲਦੀ ਰਹਿੰਦੀ ਹੈ ਬੱਚਾ ਆਰਾਮ ਨਾਲ ਕਰਦਾ ਰਹਿੰਦਾ, ਜਦ ਤੁਹਾਨੂੰ ਡੈਸੀਮਲ ਵਾਲਾ ਟੌਪਿਕ ਆ ਜਾਂਦਾ ਉਹਨੂੰ ਐਡ ਕਰਨਾ ਮਾਈਨਸ ਕਰਨਾ ਉਹ ਤੁਸੀਂ ਕਰ ਲੈਂਦੇ ਹੋ, ਪਰ ਜਦ ਮਲਟੀਪਲੀਕੇਸ਼ਨ ਅਤੇ ਡਿਵੀਜ਼ਨ ਆ ਜਾਂਦੀ ਹੈ ਡੈਸੀਮਲ ਦੀ ਤਾਂ ਤੁਹਾਨੂੰ ਬੜਾ ਹੀ ਔਖਾ ਲੱਗਦਾ। ਅੱਜ ਆਪਾਂ ਕਰਾਂਗੇ ਬੜੀ ਸਿੰਪਲ ਵੇ ਨਾਲ। ਮੰਨ ਲਓ ਆਪਾਂ ਕੋਈ ਇਗਜ਼ਾਮਪਲ ਲੈ ਲੈਂਦੇ ਹਾਂ, 0.3 ਨੂੰ ਗੁਣਾ ਕਰਨਾ 0.2 ਨਾਲ, ਤਾਂ ਤੁਸੀਂ ਇਹਨੂੰ ਡੈਸੀਮਲ ਮੰਨਣਾ ਹੀ ਨਹੀਂ ਹੈ। ਪਹਿਲੀ ਗੱਲ ਇਹਨੂੰ ਦੇਖਣ ਸਾਰੇ ਮੰਨ ਲਓ ਇਹ ਸਿੰਪਲ ਨੰਬਰ ਨੇ ਆ, 3 ਲਿਖਿਆ ਆ 2 ਲਿਖਿਆ, ਇਹਨਾਂ ਨੂੰ ਗੁਣਾ ਕਰੋ। ਪਹਿਲਾ ਸਟੈਪ ਤੁਹਾਡਾ ਇਹੀ ਹੈ, ਤੁਹਾਡੇ ਕੋਲ 6 ਆਂਸਰ ਆ ਗਿਆ, 3 ਨੂੰ 2 ਨਾਲ ਗੁਣਾ ਕੀਤਾ 6 ਆ ਗਿਆ ਉੱਤਰ ਆਪਣੇ ਕੋਲ। ਉਸ ਤੋਂ ਬਾਅਦ ਤੁਸੀਂ ਡੈਸੀਮਲ ਤੋਂ ਬਾਅਦ ਕਿੰਨੇ ਅੱਖਰ ਨੇ ਉਹ ਕਾਊਂਟ ਕਰਨੇ ਆ। ਇਹਦੇ ਵਿੱਚ ਡੈਸੀਮਲ ਤੋਂ ਬਾਅਦ 1 ਅੱਖਰ ਆਪਣੇ ਕੋਲ, ਇਹਦੇ ਵਿੱਚ ਡੈਸੀਮਲ ਤੋਂ ਬਾਅਦ ਵੀ ਆਪਣੇ ਕੋਲ 1 ਅੱਖਰ ਆ, ਤਾਂ ਟੋਟਲ ਹੋ ਗਿਆ ਆਪਣੇ ਕੋਲ 2 ਅੱਖਰ। ਹੁਣ ਇੱਕ ਗੱਲ ਧਿਆਨ ਰੱਖਣਾ ਵੀ ਟੋਟਲ ਆਪਣੇ ਕੋਲ 2 ਅੱਖਰ ਹੋ ਗਏ ਤਾਂ ਇੱਥੇ ਜੋ ਆਂਸਰ ਆਇਆ ਉੱਥੇ ਵੀ ਡੈਸੀਮਲ ਤੋਂ ਪਿੱਛੇ 2 ਅੱਖਰ ਹੋਣੇ ਚਾਹੀਦੇ ਆ। ਇਹਦਾ ਮਤਲਬ ਇਹਦੇ ਅੱਗੇ ਆਪਾਂ ਇੱਕ 0 ਲਗਾ ਕੇ ਇੱਥੇ ਪੁਆਇੰਟ ਲਗਾ ਦਾਂਗੇ ਤਾਂ 0.06 ਬਣ ਜਾਏਗਾ ਆਪਣੇ ਕੋਲ, ਇਹ ਆਪਣੇ ਕੋਲ ਆਂਸਰ ਆ ਜਾਣਾ ਇਹਦਾ। ਬਿਲਕੁਲ ਸਿੰਪਲ ਵੇ ਆ, ਅੱਗੇ 0 ਲਾ ਦਿਓ ਸੇਮ ਆ, ਕੋਈ ਮੁਸ਼ਕਿਲ ਨਹੀਂ ਆ। ਹੋਰ ਕਿੰਨੇ ਵੀ ਇਸ ਟਾਈਪ ਦੇ ਸਵਾਲ ਆ ਜਾਣ ਤੁਹਾਨੂੰ, ਜਿਵੇਂ 0.4 ਨੂੰ ਤੁਸੀਂ ਗੁਣਾ ਕਰਨਾ 0.03 ਨਾਲ ਗੁਣਾ ਕਰਦੇ ਆ ਆਪਾਂ, ਤਾਂ ਇਹਨੂੰ ਸਿੰਪਲ ਆਪਾਂ ਡੈਸੀਮਲ ਨੂੰ ਭੁੱਲ ਜਾਓ, ਇਹਨੂੰ ਸਿੰਪਲ 4 ਮੰਨੋ, ਇਹਨੂੰ ਸਿੰਪਲ 3 ਮੰਨਣਾ। 4 ਨੂੰ 3 ਨਾਲ ਗੁਣਾ ਕਰਿਆ ਆਪਣੇ ਕੋਲ ਉੱਤਰ ਆ ਜਾਂਦਾ 12। ਹੁਣ ਆਪਾਂ ਕਾਊਂਟ ਕਰਨੇ ਆ, ਇੱਥੇ ਡੈਸੀਮਲ ਤੋਂ ਬਾਅਦ 1 ਅੱਖਰ ਆ, ਇੱਥੇ ਡੈਸੀਮਲ ਤੋਂ ਬਾਅਦ 2 ਅੱਖਰ ਆ, ਫੁੱਲ ਆਪਣੇ ਕੋਲ ਕਿੰਨੇ ਅੱਖਰ ਹੋ ਗਏ 3 ਅੱਖਰ ਹੋ ਗਏ। ਮਤਲਬ ਆਪਣੇ ਕੋਲ ਡੈਸੀਮਲ ਆ ਜੋ ਪੁਆਇੰਟ ਆ ਉਹ ਤੋਂ ਬਾਅਦ 3 ਅੱਖਰ ਹੋਣੇ ਚਾਹੀਦੇ ਆ। ਇੱਥੇ ਆਪਾਂ ਪੁਆਇੰਟ ਲਗਾਇਆ ਤਾਂ 1-2 ਤਾਂ ਹੈਗੇ ਨੇ, 1 ਹੋਰ ਅੱਗੇ ਲਗਾ ਦਾਂਗੇ। ਯਾਦ ਰੱਖਣਾ ਕਿ ਅੱਗੇ ਲਗਾ ਸਕਦੇ ਹੁੰਦੇ ਆਪਾਂ, ਪਿੱਛੇ ਨਹੀਂ ਲਗਾਉਣਾ ਉਹਦੇ, ਕਿਉਂਕਿ ਪਿੱਛੇ ਲਗਾਏ ਦਾ ਕੋਈ ਉਹ ਨਹੀਂ ਹੈ ਆਂਸਰ ਤੁਹਾਡਾ ਚੇਂਜ ਹੋ ਜਾਣਾ, ਹਮੇਸ਼ਾ ਅੱਗੇ ਹੀ ਲਗਾਉਣਾ, ਤਾਂ ਆਪਣੇ ਕੋਲ ਆਂਸਰ ਆਜੂਗਾ, ਇਹ ਆਂਸਰ ਆਜੂਗਾ ਇਹਦਾ। ਉਮੀਦ ਆ ਹੋਰ ਜਿਹੜੇ ਵੀ ਤੁਹਾਨੂੰ ਸਵਾਲ ਆਉਣਗੇ ਸਾਰੇ ਇਸ ਤਰੀਕੇ ਨਾਲ ਤੁਸੀਂ ਹੱਲ ਕਰ ਲਓਗੇ। ਹੁਣ ਆਪਾਂ ਡਿਵੀਜ਼ਨ ਦਾ ਬੜਾ ਹੀ ਸੌਖਾ ਤਰੀਕਾ ਕਰਦੇ ਹਾਂ। ਮੰਨ ਲਓ ਤੁਹਾਡੇ ਕੋਲ ਆ ਗਿਆ 0.6 ਨੂੰ ਵੰਡਣਾ 0.2 'ਤੇ, ਇਹਨੂੰ ਆਪਾਂ ਈਜ਼ੀ ਕਰਨ ਲਈ ਕੀ ਕਰਾਂਗੇ, ਫਰੈਕਸ਼ਨ 'ਚ ਕਨਵਰਟ ਕਰ ਲੈਂਦੇ ਹਾਂ ਤਾਂ ਕਿ ਤੁਹਾਨੂੰ ਬਹੁਤ ਈਜ਼ੀ ਲੱਗੇ। ਕੋਈ ਵੀ ਆਪਾਂ ਇਹੋ ਜਿਹੀ ਚੀਜ਼ ਨਹੀਂ ਕਰਨੀ ਜਿਹੜੀ ਤੁਹਾਨੂੰ ਸਮਝ ਨਾ ਆਵੇ ਜਾਂ ਮੁਸ਼ਕਿਲ ਲੱਗੇ। ਹੁਣ ਦੇਖੋ ਆਪਾਂ ਇਹਨੂੰ ਫਰੈਕਸ਼ਨ ਵਿੱਚ ਚੇਂਜ ਕਰਨਾ ਤਾਂ ਆਪਾਂ ਗਿਣਨਾ ਹੁੰਦਾ ਹੈਗਾ, ਡੈਸੀਮਲ ਤੋਂ ਬਾਅਦ ਕਿੰਨੇ ਅੱਖਰ ਆ, 1 ਆ ਸਾਡੇ ਕੋਲ, ਤਾਂ ਨੀਚੇ 1 ਦੇ ਨਾਲ 1 0 ਲੱਗੂਗੀ, ਇਹਨੂੰ ਆਪਾਂ 6/10 ਲਿਖ ਸਕਦੇ ਹਾਂ। ਫਿਰ ਵੰਡੋ ਦਾ ਸਾਈਨ ਆ ਗਿਆ, ਉਸ ਤੋਂ ਬਾਅਦ ਫਿਰ 2 ਆ, ਉੱਪਰ 2 ਲਿਖਿਆ, ਡੈਸੀਮਲ ਤੋਂ ਬਾਅਦ 1 ਪਲੇਸ ਆ, ਤਾਂ ਇੱਥੇ 1 0 ਲੱਗੂਗੀ। ਹੁਣ ਅੱਗੇ ਆਪਾਂ ਫਰੈਕਸ਼ਨ ਵਾਲੀ ਡਿਵੀਜ਼ਨ ਪੜ੍ਹੀ ਸੀਗੀ, ਕੀ ਕਰਨਾ ਹੁੰਦਾ ਡਿਵੀਜ਼ਨ ਨੂੰ ਆਪਾਂ ਮਲਟੀਪਲਾਈ 'ਚ ਕਿਵੇਂ ਕਨਵਰਟ ਕਰ ਸਕਦੇ ਹੁੰਦੇ ਹਾਂ, ਇਹਨੂੰ ਉਲਟਾ ਕਰਕੇ ਰੈਸੀਪ੍ਰੋਕਲ ਬਣਾ ਦਾਂਗੇ ਇਹਦਾ। ਨੀਚੇ ਵਾਲੀ ਰਕਮ ਉੱਤੇ ਚੱਲੀ ਜਾਊਗੀ, ਉੱਤੇ ਵਾਲੀ ਥੱਲੇ ਆ ਜਾਣੀ ਆ। ਹੁਣ ਆਪਾਂ ਇਹਨੂੰ ਮਲਟੀਪਲਾਈ ਆਰਾਮ ਨਾਲ ਕਰ ਸਕਦੇ ਹਾਂ, 10 ਨਾਲ 10 ਕੱਟਿਆ ਗਿਆ, 2 1 2 2 3 6, ਅਤੇ ਆਪਣੇ ਕੋਲ ਉੱਤਰ ਆ ਜਾਣਾ 3। ਬਹੁਤ ਸੌਖਾ ਤਰੀਕਾ ਹੈ। ਹੁਣ ਆਪਾਂ ਇੱਕ ਅੱਧੀ ਹੋਰ ਕੋਈ ਉਦਾਹਰਨ ਲੈ ਲੈਂਦੇ ਹਾਂ ਤਾਂ ਕਿ ਹੋਰ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇ। ਮੰਨ ਲਓ ਆਪਾਂ ਲੈ ਲੈਂਦੇ ਹਾਂ ਇੱਥੇ 0.12 / 0.3। ਹੁਣ ਦੇਖੋ 12 ਨੂੰ ਆਪਾਂ ਕਿਵੇਂ ਲਿਖ ਸਕਾਂਗੇ, 12 ਲਿਖਤਾ, ਡੈਸੀਮਲ ਤੋਂ ਬਾਅਦ 2 ਅੱਖਰ ਨੇ, ਤਾਂ ਇੱਥੇ ਜੋ ਨੀਚੇ 1 ਲਿਖਣਾ ਉਹਦੇ ਨਾਲ 2 ਜ਼ੀਰੋਵਾਂ ਲੱਗਣੀਆਂ। ਬਸ ਇਹੀ ਧਿਆਨ ਹੁੰਦਾ ਕਿ ਡੈਸੀਮਲ ਆਪਾਂ ਫਰੈਕਸ਼ਨ ਦੇ ਵਿੱਚ ਕਿਵੇਂ ਕਨਵਰਟ ਕਰਨਾ, ਜੇ ਉਹ ਤੁਸੀਂ ਕਰ ਲਿਆ ਤਾਂ ਤੁਹਾਨੂੰ ਆ ਜਾਣਾ। ਇੱਥੇ 3 ਆ, 3 ਦੇ ਨੀਚੇ ਹੁਣ ਆਪਣੇ ਆਪ ਹੀ ਸੋਚੋ ਤੁਸੀਂ ਵੀ ਇਹਦੇ ਨੀਚੇ 1 ਦੇ ਨੀਚੇ ਕਿੰਨੀ 0 ਲੱਗੂਗੀ, ਡੈਸੀਮਲ ਤੋਂ ਬਾਅਦ 1 ਡਿਜਿਟ ਆ ਨਾ ਸਾਡੇ ਕੋਲ, ਤਾਂ 1 ਦੇ ਨਾਲ 1 ਲੱਗੂ। ਹੁਣ ਆਪਾਂ ਫਰੈਕਸ਼ਨ ਵਾਲਾ ਫਾਰਮੂਲਾ ਲਾਵਾਂਗੇ ਜੋ ਤੁਹਾਨੂੰ ਮੈਥਡ ਸਿਖਾਇਆ ਸੀ, ਇਹਨੂੰ ਗੁਣਾ ਕਰ ਦਿੰਦੇ ਹਾਂ ਤਾਂ ਇਹ ਆਪਸ ਵਿੱਚ ਉਲਟਾ ਹੋ ਜਾਂਦਾ, ਇਹ ਬਣ ਜੂਗਾ 10/3। ਹੁਣ 10 1 0 ਕੱਟੀ ਗਈ, 3 3 1 3 3 4 12, ਹੁਣ ਇਹ ਉੱਤਰ ਆ ਗਿਆ ਆਪਣੇ ਕੋਲ 4/10। ਹੁਣ ਇਹਨੂੰ ਵਾਪਸ ਆਪਾਂ ਜਦ ਡੈਸੀਮਲ ਦੇ ਵਿੱਚ ਕਨਵਰਟ ਕਰਨਾ, ਹੁਣ ਤੁਹਾਨੂੰ ਉਹ ਵੀ ਸਿੰਪਲ ਤਰੀਕੇ ਨਾਲ ਦੱਸ ਦਿੰਦੇ, ਆਪਾਂ ਦੇਖਣਾ ਹੁੰਦਾ 1 ਦੇ ਨਾਲ ਕਿੰਨੀਆਂ ਜ਼ੀਰੋਵਾਂ ਲੱਗੀਆਂ, 1 ਲੱਗਿਆ, ਇਹਦਾ ਮਤਲਬ ਜੋ ਡੈਸੀਮਲ ਆ ਉਸ ਤੋਂ ਬਾਅਦ ਸਿਰਫ 1 ਡਿਜਿਟ ਹੋਊਗਾ। ਆਪਾਂ ਡੈਸੀਮਲ ਲਗਾਇਆ ਉਸ ਤੋਂ ਬਾਅਦ ਸਿਰਫ 1 ਡਿਜਿਟ, ਉਹ ਕੀ ਆ 4, 0.4 ਅੱਗੇ ਲਿਖ ਲਓ, ਇਹ ਸਾਡੇ ਕੋਲ ਉੱਤਰ ਆ ਗਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਰਾ ਤਰੀਕਾ ਬੜਾ ਆਸਾਨ ਲੱਗਿਆ ਹੋਊਗਾ, ਅੱਗੇ ਤੋਂ ਤੁਹਾਨੂੰ ਡੈਸੀਮਲ ਵਾਲਾ ਕੁਐਸਚਨ ਕਰਨ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ। ਹੋਰ ਤੁਹਾਨੂੰ ਕਿਸ ਟੌਪਿਕ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਸਾਨੂੰ ਕਮੈਂਟਾਂ ਥੱਲੇ ਦੱਸੋ, ਅਸੀਂ ਬਹੁਤ ਹੀ ਆਸਾਨ ਤਰੀਕਾ ਲੈ ਕੇ ਆਵਾਂਗੇ ਤਾਂ ਕਿ ਤੁਹਾਡੀ ਪ੍ਰੋਬਲਮ ਦੂਰ ਹੋ ਜਾਏ। ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਿਓ ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੁਗਲੂ ਐਜੂਕੇਸ਼ਨ। ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਜੀ, ਉਦੋਂ ਤੱਕ ਲਈ ਬਾਏ ਬਾਏ, ਧੰਨਵਾਦ, ਸਤਿ ਸ਼੍ਰੀ ਅਕਾਲ।